ਅੱਜ ਜਵਾਨਾਂ ਦੀ ਸ਼ਹਾਦਤ ਹੋਈ ਹੈ। ਕੋਈ ਬੁਜ਼ਦਲ ਅਗਰ ਪਿੱਠ ਪਿੱਛੇ ਗੋਲੀ ਮਾਰਦਾ ਹੈ, ਫੜ ਕੇ ਲਿਆਓ, ਚੁਰਾਹੇ ਠਾਹ ਪਾ ਦਿਓ, ਖਤਮ ਕਰ ਦਿਓ, ਕੁਚਲ ਦਿਓ। ਔਰ ਐਸਾ ਇੱਕ ਉਦਾਹਰਣ ਰੱਖੋ ਕਿ ਪੀੜ੍ਹੀ ਦਰ ਪੀੜ੍ਹੀ ਲੋਕ ਕਹਿਣ ਕਿ ਐਸੀ ਘਨੌਲੀ ਹਰਕਤ ਕੋਈ ਨਾ ਕਰੇ। ਲੇਕਿਨ ਇਹ ਦੇਸ਼ ਦੇ ਵਾਸਤੇ ਸਾਡੀ ਉਹ ਹੈ ਜੋ ਭਰ ਨਹੀਂ ਹੈ ਭਾਵੋਂ ਸੇ ਬਹਿਤੀ, ਜਿਸਮੇ ਰਸਦਾਰ ਨਹੀਂ, ਉਹ ਹਿਰਦੇ ਨਹੀਂ ਹੈ ਪੱਥਰ ਹੈ, ਜਿਸਮੇ ਸਵਦੇਸ਼ ਕਾ ਪਿਆਰ ਨਹੀਂ। ਇਹ ਸਾਨੂੰ ਹੈ, ਲੇਕਿਨ ਕੀ ਸਾਡੀ ਲੜਾਈ ਕਿਸੇ 2 ਸਾਲ ਦੇ ਬੱਚੇ ਨਾਲ ਹੋ ਸਕਦੀ ਹੈ? ਕੀ ਕਿਸੇ ਗਰਭਵਤੀ ਮਹਿਲਾ ਦੇ ਨਾਲ ਗੁਰੂ ਦੇ ਸਿੱਖ ਦੀ ਲੜਾਈ ਹੋ ਸਕਦੀ ਹੈ? ਕਿਸੇ 90 ਸਾਲ ਦੇ ਬਜ਼ੁਰਗ ਦੇ ਨਾਲ ਗੁਰੂ ਦੀ ਲੜਾਈ ਹੋ ਸਕਦੀ ਹੈ? ਗੁਰੂ ਦੇ ਸਿੱਖ ਦੀ ਲੜਾਈ ਹੋ ਸਕਦੀ ਹੈ? ਮਰਦਾ ਕੌਣ ਹੈ, ਕਰਦਾ ਕੌਣ ਹੈ? ਜਿਹੜਾ ਕਰਦਾ ਉਹ 20 ਸਾਲ ਦਾ ਖੁੱਲਾ ਫਿਰਦਾ, ਉਹਨੂੰ ਕੌਣ ਛੱਡ ਕੇ ਆਇਆ, ਉਹਨੂੰ ਕੌਣ ਰਿਹਾ ਕਰਕੇ ਆਇਆ? ਇਹ ਸਵਾਲ ਨੇ। ਫੜੋ ਉਹਨੂੰ, ਲਿਆਓ ਉਹਨੂੰ, ਔਰ ਚੁਰਾਹੇ 'ਚ ਸਜ਼ਾ ਦਿਓ ਕਿ ਦਮ ਹੈ ਤਾਂ ਕਰੋ। ਲੇਕਿਨ ਮਾਸੂਮ ਬੱਚਿਆਂ ਦੇ ਉੱਤੇ, ਗਰਭਵਤੀ ਮਹਿਲਾਵਾਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ ਕੋਈ ਵਾਰ ਨਹੀਂ ਹੋਣਾ ਚਾਹੀਦਾ। ਇਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਦਿਨ ਹੈ। ਮੈਂ ਇੱਕ ਵਾਰ ਨਹੀਂ, 1000 ਵਾਰ ਕਹਿਣਾ, ਮੇਰੀ ਕਿਸੇ ਮਹਿਲਾ ਦੇ ਨਾਲ, ਮਜ਼ਲੂਮ ਮਹਿਲਾ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ, ਕਿਸੇ 2 ਸਾਲ ਦੇ ਬੱਚੇ ਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ। ਇਹ ਮਾਨਵਤਾ ਕਹਿੰਦੀ ਹੈ, ਇਹ ਬਾਬੇ ਨਾਨਕ ਦੀ ਵਿਚਾਰਧਾਰਾ ਕਹਿੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਅਵਲਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਬਜਾ ਉਦਿਆ ਕੌਣ ਭਲੇ ਤੋਂ ਮੰਦੇ। ਗੁਰੂ ਦਾ ਸਿੱਖ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਮਰ ਜੂ ਕੱਟ ਜੂ, ਲੇਕਿਨ ਇਸ ਵਿਚਾਰਧਾਰਾ ਤੋਂ ਪਿੱਛੇ ਨਹੀਂ ਪੈਣਾ। ਇਹੀ ਮੇਰਾ ਧਰਮ ਹੈ, ਇਹੀ ਮੇਰਾ ਇਮਾਨ ਹੈ। ਲਕਸ਼ਮੀ ਸਰੀਰ ਪ੍ਰਾਣ ਸਭ ਚਲਾ ਇਮਾਨ ਹੈ, ਨਸ਼ਵਰ ਹੈ ਨਸ਼ਟ ਹੋ ਜੂ, ਧਰਮ ਸਥਿਰ ਹੈ, ਧਰਮ ਡਿੱਗੇ, ਧਰਮ ਤੋਂ ਬਿਨਾਂ ਕੱਖ ਨਹੀਂ ਹੈ। ਔਰ ਧਰਮਾਂ ਚੋਂ ਵੱਡਾ ਧਰਮ ਰਾਸ਼ਟਰ ਧਰਮ, ਪੰਜਾਬ ਦੇ ਪ੍ਰਤੀ ਸਾਡਾ ਧਰਮ। 3 ਪੀੜ੍ਹੀਆਂ ਖੋ ਦਿੱਤੀਆਂ ਪੰਜਾਬ ਨੇ ਪਹਿਲੀ ਅੱਤਵਾਦ 'ਚ, ਕਿੰਨੇ ਹੀ ਨੌਜਵਾਨ ਅਸੀਂ ਖੋਏ, ਕਿੰਨੇ ਹੀ ਲੋਕ ਬਰਬਾਦ ਹੋਏ, ਦੂਜਾ ਨਸ਼ੇ ਦਾ ਦਰਿਆ ਵਗਿਆ, 35,000 ਗਿਲੀਆਂ ਸਾਡੇ ਨਸ਼ੇ ਦਾ ਦਰਿਆ ਵਗਿਆ। ਸਰਦਾਰ ਚੰਦ ਗੁੰਡੇ, ਚੰਦ ਆਤੰਕੀ ਕਿ ਹਿੰਦੁਸਤਾਨ ਦਾ ਵਿਕਾਸ ਰੋਕ ਦੇਣਗੇ, ਹਿੰਦੁਸਤਾਨ ਦਾ ਅਮਨ ਅਮਾਨ ਭੰਗ ਕਰ ਦੇਣਗੇ, ਹਿੰਦੁਸਤਾਨ ਅਖੰਡ ਭਾਰਤ ਨੂੰ ਖੰਡ ਖੰਡ ਕਰ ਦੇਣਗੇ, ਲੋਕਾਂ ਨੂੰ ਵੰਡ ਦੇਣਗੇ। ਨਹੀਂ, ਇਹ ਦੇਸ਼ ਉਸ ਤੋਂ ਬਹੁਤ ਵੱਡਾ ਹੈ, ਇਹ ਦੇਸ਼ ਉਸ ਤੋਂ ਬਹੁਤ ਮਹਾਨ ਹੈ। ਇਹਨਾਂ ਆਤੰਕਵਾਦੀਆਂ ਨਾਲੋਂ ਇਹਨਾਂ ਦੇ ਮਨਸੂਬੇ ਖਤਮ ਕਰਨੇ ਹੈ, ਇਹ ਮਨਸੂਬੇ ਨੇ ਇਹਨਾਂ ਦੇ, ਇਟ ਇਜ਼ ਦੇਅਰ ਮੋਟਿਵ ਟੂ ਡਿਵਾਈਡ ਅਸ, ਇਹੀ ਮੋਟਿਵ ਹੈ ਕਿ ਵੰਡ ਦਿਓ, ਖੇਰੂ ਖੇਰੂ ਕਰ ਦਿਓ। ਲੇਕਿਨ ਕੋਈ ਇਹਨਾਂ ਨੂੰ ਲਿਆ ਕੇ ਸਜ਼ਾ ਦੇਵੇ ਤੇ ਮੈਂ ਜੈ ਜੈਕਾਰ ਕਰੂੰਗਾ, ਪਰ ਕੋਈ ਗੁਰੂ ਗੋਬਿੰਦ ਸਿੰਘ ਦਾ ਸਿੱਖ, ਕੋਈ ਗੁਰੂ ਗੋਬਿੰਦ ਸਿੰਘ ਦਾ ਸਿੱਖ ਇਹ ਨਹੀਂ ਕਹਿ ਸਕਦਾ ਕਿ ਕਰਦਾ ਕੋਈ ਹੈ ਤੇ ਮਰਦਾ ਕੋਈ ਹੈ। ਕਿਸੇ ਗਰਭਵਤੀ ਮਹਿਲਾ ਦੇ ਮਰਨ ਦੇ ਉੱਤੇ ਕੋਈ ਕਹਿੰਦਾ? ਕਿਸੇ 5 ਸਾਲ ਦੇ ਬੱਚੇ ਦੇ ਚਿਥੜੇ ਉੱਡਦੇ ਆ ਜਦੋਂ ਦਰਦਨਾਕ ਤਰੀਕੇ ਦੇ ਨਾਲ, ਤੇ ਕੋਈ ਉਹਦਾ ਦਰਦ ਦੇਖਦਾ ਹੈ ਉਹਦੇ ਪਰਿਵਾਰ ਦਾ? ਕਿ ਕੋਈ ਮਹਿਲਾ ਦੇ ਉੱਤੇ ਵਾਰ ਕਰ ਸਕਦਾ ਹੈ? ਜਿਹੜਾ ਕਰਦਾ ਉਹ ਕਿਉਂ ਨਹੀਂ ਮਰਦਾ? ਲਿਆਓ ਤੇ ਸਿੱਧੂ ਤੁਹਾਡੇ ਨਾਲ ਡੱਟ ਕੇ ਖੜੂਗਾ, ਜਿੱਦਾਂ ਪਾਰਟੀ ਖੜੀ ਆ ਉਦਾਂ ਸਿੱਧੂ ਖੜੂਗਾ। ਲੇਕਿਨ ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਲਾਸ਼ਾਂ 'ਤੇ ਰਾਜਨੀਤੀ ਨਾ ਕਰੋ, ਗੱਲਾਂ ਨੂੰ ਘੁਮਾਓ ਨਾ ਔਰ ਫਿਰਾਓ ਨਾ। ਜੋ ਸਿੱਧੂ ਨੇ ਕੱਲ੍ਹ ਕਿਹਾ ਸੀ ਉਹ ਅੱਜ ਵੀ ਕਹੂਗਾ, ਔਰ ਜੋ ਸਿੱਧੂ ਨੇ ਅੱਜ ਕਿਹਾ ਸੀ ਉਹਦੇ 'ਤੇ ਅਟਲ ਖੜਾ ਹੈ, ਧਰਮ ਦੇ ਖੜਾ ਹੈ। ਔਰ ਇਹੀ ਸੱਚੀ ਹੈ ਗੱਲ, ਔਰ ਇਹੀ ਹਕੀਕਤ ਹੈ। ਪਿਆਰੇ ਦੋਸਤੋ, ਇਹ ਗੱਲਾਂ ਸੰਜੀਦਗੀ ਵਾਲੀਆਂ ਨੇ, ਇਹ ਗੱਲਾਂ ਪੋਲੀਟਿਕਸ ਕਰਨ ਵਾਲੀਆਂ ਨਹੀਂ, ਇਹਨਾਂ 'ਤੇ ਦੇਸ਼ ਦਾ ਭਵਿੱਖ ਨਿਰਭਰ ਹੈ। ਕਿ ਆਤੰਕਵਾਦ ਦੀ ਕੋਈ ਜ਼ਾਤ ਹੈ? ਕਿ ਆਤੰਕਵਾਦ ਦਾ ਕੋਈ ਧਰਮ ਹੈ? ਕਿ ਆਤੰਕਵਾਦ ਦਾ ਕੋਈ ਇਮਾਨ ਹੈ? ਨਹੀਂ। ਜੜ ਪੱਟ ਕੇ ਰੱਖ ਦਿਓ, ਸਿੱਧੂ ਨਾਲ ਖੜੋਤਾ ਹੈ। ਲੇਕਿਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਪਰੇ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਦਾ ਸਿੱਖ ਜੋੜਨ ਵਾਲਾ ਹੈ। ਗੁਰੂ ਗੋਬਿੰਦ
ਗੋਬਿੰਦ ਸਿੰਘ ਦਾ ਸਿੱਖ ਕਹਿੰਦਾ ਜੇ ਜ਼ੁਲਮ ਕਰਨਾ ਪਾਪ ਤੇ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਿਸੇ ਔਰਤ ਦੇ ਨਾਲ ਲੜਾਈ ਨਹੀਂ ਲੜਦਾ ਕਿਸੇ ਬੱਚੇ ਦੇ ਨਾਲ ਲੜਾਈ ਨਹੀਂ ਲੜਦਾ ਕਿਸੇ ਮਜ਼ਲੂਮ ਦੇ ਨਾਲ ਲੜਾਈ ਨਹੀਂ ਲੜਦਾ ਜੈ ਜੈ ਗੁਰੂ ਦਾ ਲਾਂਘਾ ਉਹ ਜੇ ਤੁਸੀਂ ਜਿਵੇਂ ਤਿਲਾਂ 'ਚ ਤੇਲ ਛੁਪਿਆ ਸਾਗਰ 'ਚ ਲਹਿਰਾਂ ਫੁੱਲਾਂ 'ਚ ਖੁਸ਼ਬੂ ਗੰਨੇ 'ਚ ਗੁੜ ਦੁੱਧ 'ਚ ਮੱਖਣ ਉਸੇ ਤਰ੍ਹਾਂ ਪਰਮਾਤਮਾ ਵੀ ਹਰੀ ਨਾਰਾਇਣ ਅੱਲਾ ਵਾਹਿਗੁਰੂ ਬਣ ਕੇ ਤੁਹਾਡੇ ਦਿਲਾਂ ਦੇ ਅੰਦਰ ਤੁਹਾਡੇ ਅੰਦਰ ਛੁਪਿਆ ਸਿਜਦਾ ਕਰਦਾ ਨਵਜੋਤ ਸਿੰਘ ਸਿੱਧੂ ਤੁਹਾਨੂੰ ਪਾਰਟੀ ਦੇ ਵਰਕਰਾਂ ਨੂੰ ਮੈਂ ਹਰ ਥਾਂ ਦੇ ਉੱਤੇ ਕਹਿੰਦਾ ਕਿ ਮੈਂ ਐਕਸ ਹੋ ਸਕਦਾ ਮੰਤਰੀ ਰਹਿ ਲਿਆ ਸੰਤਰੀ ਬਣ ਸਕਦਾ ਵਕਤ ਕੀ ਹੈ ਜਬ ਚਾਲ ਹੈ ਪਿਆਰੇ ਪਲਮੇ ਪਿਆਦੋਂ ਕੋ ਵਜ਼ੀਰ ਬਣਾ ਦੇ ਔਰ ਕਭੀ ਜ਼ਰਾ ਸੀ ਇੱਕ ਗਲਤੀ ਪੇ ਸ਼ਾਹਜ਼ਾਦੋਂ ਕੋ ਫਕੀਰ ਬਣਾ ਦੇ ਵਕਤ ਹੈ ਮੰਤਰੀ ਬਣ ਸਕਦੇ ਆ ਐਕਸ ਪ੍ਰਧਾਨ ਮੰਤਰੀ ਬਣ ਸਕਦੇ ਆ ਐਕਸ ਪ੍ਰੈਜ਼ੀਡੈਂਟ ਬਣ ਸਕਦੇ ਆ ਐਕਸ ਲੇਕਿਨ ਕਦੇ ਕੋਈ ਕਾਰਜਕਰਤਾ ਐਕਸ ਨਹੀਂ ਬਣ ਸਕਦਾ ਕਾਰਜਕਰਤਾ ਸਦਾ ਹੈ ਮਹਾਨ ਹੈ ਇਸ ਕਰਕੇ ਸਿੱਧਾ ਕਰਦਾ ਨਵਜੋਤ ਸਿੰਘ ਸਿੱਧੂ ਤੁਹਾਨੂੰ ਸਾਰਿਆਂ ਨੂੰ ਰਿਣੀ ਹੈ ਤੁਹਾਡਾ ਨਵਜੋਤ ਸਿੰਘ ਸਿੱਧੂ ਔਰ ਤੁਸੀਂ ਜਿਹੜੀਆਂ ਝੋਲੀਆਂ ਭਰੀਆਂ ਨੇ ਆਸਾਂ ਰੱਖੀਆਂ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰਕਾਰਾਂ 'ਚ ਫਰਕ ਭਾਅ ਜੀ ਤਾਂ ਕਹਿੰਦੇ ਅੱਜ ਪੋਲੀਟੀਕਲ ਗੱਲ ਕਰਨ ਵਾਲੀ ਗੱਲ ਨਹੀਂ ਮੈਂ ਤਾਂ ਪੋਤੜੇ ਖੋਲ ਦੂੰ ਵੱਟ ਦਿਉਂਗਾ ਜਲੇਬੀਆਂ ਨੂੰ ਕਰ ਦੂੰ ਇਕੱਠਾ 2015 ਦੇ ਵਿੱਚ ਅੰਮ੍ਰਿਤ ਸਕੀਮ ਆਈ 2015 ਦੇ ਵਿੱਚ ਅੰਮ੍ਰਿਤ ਸਕੀਮ ਪਿਛਲੀ ਸਰਕਾਰ ਦੌਰਾਨ ਆਈ ਔਰ ਜਿਹੜੇ ਜਿਹੜੇ ਸ਼ਹਿਰ 1 ਲੱਖ ਤੋਂ ਉੱਤੇ ਸੀ ਉਹ ਉਸ ਅੰਮ੍ਰਿਤ ਸਕੀਮ ਦੇ ਵਿੱਚ ਆਟੋਮੈਟਿਕਲੀ ਆ ਗਏ 16 ਸ਼ਹਿਰ ਪੰਜਾਬ ਉਹਦੇ 'ਚ ਹੁਸ਼ਿਆਰਪੁਰ ਆਪੋ ਆਪ ਆ ਗਿਆ ਬਟਾਲਾ ਵੱਡੇ ਵੱਡੇ ਜਿੰਨੇ ਸ਼ਹਿਰ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਸਾਰੇ ਸ਼ਹਿਰ ਇਹ ਅੰਮ੍ਰਿਤ ਸਕੀਮ ਦੇ ਵਿੱਚ ਆ ਗਏ ਅੰਮ੍ਰਿਤ ਸਕੀਮ ਦੇ ਵਿੱਚ 50 ਪੈਸੇ ਪਾਉਣੇ ਸੀ ਸਰਕਾਰ ਨੇ ਤੇ ਰੁਪਈਆ ਲੈਣਾ ਸੀ ਚਾਹੇ 50 ਪੈਸੇ ਕਹਿ ਲਓ ਚਾਹੇ 50 ਕਰੋੜ ਕਹਿ ਲਓ ਚਾਹੇ 500 ਕਰੋੜ ਕਹਿ ਲਓ ਜੇ 500 ਕਰੋੜ ਪਾਉਂਦੇ ਤਾਂ ਸਰਕਾਰ 1000 ਦਿੰਦੀ ਜੇ 100 ਕਰੋੜ ਪਾਉਂਦੇ ਤਾਂ ਸਰਕਾਰ 200 ਕਰੋੜ ਦਿੰਦੀ 2015 ਤੋਂ ਲੈ ਕੇ 2017 ਤੱਕ ਪੰਜੀ ਨਹੀਂ ਆਈ ਕਿਉਂਕਿ ਪੰਜੀ ਪਈ ਨਹੀਂ ਜੇ ਕਿਸੇ ਨੇ 50 ਪਾਏ ਨਹੀਂ ਤਾਂ ਦੇਣੇ ਕਿੱਥੋਂ ਸੀ ਇਸ ਕਰਕੇ DPRਾਂ ਜਿਹੜੀਆਂ ਡਿਵੈਲਪਮੈਂਟ ਦੀਆਂ ਬਣੀਆਂ ਉਹ ਬਣੀਆਂ 5 ਕਰੋੜ ਬਟਾਲੇ ਦੀ 7 ਕਰੋੜ 7 ਕਰੋੜ 'ਚ ਵੀ 3.5 ਕਰੋੜ ਨਹੀਂ ਪਏ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਸਾਰੇ ਪਲਾਨ ਹੋਏ ਇੱਕ ਇੱਕ ਚੀਜ਼ ਦਾ ਰਿਵਿਊ ਹੋਇਆ ਪਾਲਿਸੀਆਂ ਬਣੀਆਂ ਅਤੇ ਨਵਜੋਤ ਸਿੰਘ ਸਿੱਧੂ ਨੂੰ ਇਹ ਮਾਨ ਔਰ ਸਨਮਾਨ ਮਿਲਿਆ ਔਰ ਮੈਨੂੰ ਖੁਸ਼ੀ ਹੈ ਕਿ ਅਸੀਂ 33 ਪੈਸੇ ਪਾ ਕੇ ਰੁਪਈਆ ਲਿੱਤਾ ਅਸੀਂ 50 ਪੈਸੇ ਪਾ ਕੇ ਰੁਪਈਆ ਲਿੱਤਾ ਅਸੀਂ 100 ਕਰੋੜ ਦੇ ਕੇ 200 ਲਿੱਤਾ ਔਰ ਅੱਜ ਪਰਿਸਥਿਤੀ ਐਸੀ ਹੈ ਕਿ 16 ਅੰਮ੍ਰਿਤ ਟਾਊਨਾਂ ਦੇ ਲਈ ਜੋ ਤੁਸੀਂ ਚਾਹੋਗੇ ਮਿਲੂਗਾ ਅੱਜ 100 ਕਰੋੜ ਰੁਪਈਆ ਹੁਸ਼ਿਆਰਪੁਰ ਦੇ ਵਾਸਤੇ ਨਵਜੋਤ ਸਿੰਘ ਸਿੱਧੂ ਤੁਹਾਨੂੰ ਲੈ ਕੇ 101 ਕਰੋੜ ਰੁਪਈਆ ਦੇਖ ਲਓ ਭਾਅ ਜੀ ਜਦੋਂ ਮੈਂ ਕ੍ਰਿਕਟ ਖੇਡਦਾ ਹੁੰਦਾ ਸੈਂਚਰੀ ਮਾਰਦਾ ਉਦੋਂ ਖੜਾ ਹੋ ਕੇ ਤਾੜੀ ਮਾਰਦੇ ਅੱਜ ਦੇਖ ਲਓ ਮੇਰੇ ਭਰਾ ਨੇ ਖੜੇ ਹੋ ਕੇ ਮਾਰਤੀ ਤਾੜੀ ਠੋਕ ਕੇ ਲੈ ਗੱਲ ਖਤਮ ਫਿਰ ਜਦੋਂ ਸੈਂਚਰੀ ਬਣਾਉਂਦਾ ਨਾ ਬੰਦਾ ਫਿਰ ਉਹ ਸਟੈਂਡਿੰਗ ਓਵੇਸ਼ਨ ਦਿੰਦੇ ਮੈਂ ਕਿਹਾ ਜਦੋਂ ਨਾਰੀ ਸ਼ਕਤੀ ਜਾਗ ਜੇ ਤਾਂ ਫਿਰ ਗੱਲ ਹੀ ਖਤਮ ਸਾਡੇ ਘਰ 'ਚ ਤਾਂ ਨਾਰੀ ਸ਼ਕਤੀ 30 ਸਾਲ ਪਹਿਲਾਂ ਜਾਗ ਗਈ ਸੀ ਮੈਂ ਦੇਖ ਲਓ ਤੁਸੀਂ ਜਿਉਂਦਾ ਸ਼ਹੀਦ ਹਾਂ ਸਮਝਦੇ ਹੋ ਅਤੇ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ 101 ਕਰੋੜ ਰੁਪਈਆ ਅੰਮ੍ਰਿਤ ਦੇ ਵਿੱਚ ਵਾਟਰ ਸਪਲਾਈ 9 ਕਰੋੜ 57 ਲੱਖ 90% ਕਵਰ ਸੀ 100% ਕਵਰ ਕਰਾਂਗੇ 10 ਕਰੋੜ ਰੁਪਈਆ ਤੁਹਾਡੀ ਵਾਟਰ ਸਪਲਾਈ ਦਾ ਸੀਵਰੇਜ ਅਤੇ STP ਅੰਮ੍ਰਿਤ ਦੇ ਵਿੱਚ 85% ਕਵਰਡ ਹੋਰ ਜਿਹੜਾ ਹੁਣ ਅਲਾਊਟ ਕੀਤਾ 33 ਕਰੋੜ 93 ਲੱਖ ਰੁਪਈਆ ਪੰਜਾਬ ਅਰਬਨ ਇਨਵਾਇਰਮੈਂਟ ਪ੍ਰੋਗਰਾਮ ਦੇ ਵਿੱਚ 3 ਕਰੋੜ ਰੁਪਈਆ ਅਤੇ ਕਈ ਥਾਵਾਂ 'ਤੇ ਮੈਂ ਜਾਂਦਾ ਬਸਤੀ 'ਚ ਕਹਿੰਦਾ ਜੀ ਲਾਟੂ ਨਹੀਂ ਬਲਦਾ ਲਾਟੂ ਆਪਾਂ ਪੰਜਾਬ 'ਚ ਕਹਿੰਦੇ ਨਾ ਲਾਟੂ ਨਹੀਂ ਬਲਦਾ ਤੁਹਾਡੇ ਸਾਰੇ ਲਾਟੂ ਬਾਲ ਦੂੰਗਾ 3 ਕਰੋੜ ਰੁਪਈਆ ਸਟਰੀਟ ਲਾਈਟਿੰਗ ਠਾ ਕੌਣ ਕਹਿੰਦਾ ਸਿੱਧੂ ਕਹਿੰਦਾ ਠੋਕੋ ਤਾਲੀ ਆਪੇ ਨਹੀਂ ਠੋਕਦੇ ਤੁਸੀਂ ਦੱਸੋ ਮੈਂ ਕਿਹਾ ਕਿਤੇ ਹੈਂ ਅੱਗੇ ਆਓ ਅਦਰ ਡਿਵੈਲਪਮੈਂਟ ਵਰਕਸ ਇਹ ਹੈਗੇ 7 ਕਰੋੜ 41 ਇਹ UFP ਜਿਹੜੀ ਤੁਹਾਡੀ ਕਮੇਟੀ ਜਿਹੜੀ ਹੈ ਉਹ ਐਗਜੀਕਿਊਟ ਕਰ ਰਹੀ ਹੈ ਐਡਵਰਟਾਈਜ਼ਮੈਂਟ ਪਾਲਿਸੀ ਬੜੀ ਵੱਡੀ ਗੱਲ ਹੈ ਸਾਰੇ ਪੰਜਾਬ 'ਚੋਂ 18 ਕਰੋੜ ਰੁਪਈਆ ਆਉਂਦਾ ਸੀ ਪਿਆਰੇ ਦੋਸਤੋ ਸਾਰੇ
ਪੰਜਾਬ ਚੋਂ 18 ਕਰੋੜ ਰੁਪਈਆ ਆਉਂਦਾ ਸੀ ਤੇ ਕੈਪਟਨ ਸਾਹਿਬ ਨਾਲ ਬੈਠ ਕੇ ਐਡਵਰਟਾਈਜ਼ਮੈਂਟ ਪਾਲਿਸੀ ਬਣਾਈ ਤੇ ਤੁਹਾਨੂੰ ਖੁਸ਼ੀ ਹੋਊਗੀ ਇਕੱਲੇ ਲੁਧਿਆਣੇ ਚੋਂ 32 ਕਰੋੜ ਆਉਂਦਾ ਹੁਣ ਮੋਹਾਲੀ ਚੋਂ 22 ਕਰੋੜ ਆਉਂਦਾ ਹੁਣ ਤੇ ਜਿਹੜਾ 30 ਲੱਖ ਰੁਪਈਆ ਕਿਹੜਾ ਸ਼ਹਿਰ ਸੀ ਬਈ ਮੋਗਾ ਉੱਥੇ ਜਾ ਕੇ ਆਇਆ ਮੈਂ ਜਿਹੜਾ 30 ਲੱਖ ਦਿੱਤਾ ਸੀਗਾ ਉੱਥੋਂ 1 ਕਰੋੜ ਤੇ 20 ਲੱਖ ਆਉਂਦਾ ਹੈ ਤੇ ਤੁਹਾਨੂੰ ਲੱਗਦਾ ਨਹੀਂ ਵੀ ਚੋਰ ਮਚਾਏ ਸ਼ੋਰ ਜਿਹੜੇ ਬਾਹਰ ਖੜੋਤੇ ਹੈ ਕਿ ਨਹੀਂ ਚੋਰ ਮਚਾਏ ਸ਼ੋਰ ਕਾਲੀਆਂ ਝੰਡੀਆਂ ਨੇ ਝੰਡੀਆਂ ਹੀ ਝੰਡੀਆਂ ਡੰਡੀ ਹੈ ਨਹੀਂ ਅੰਦਰ ਸਮਝਦੇ ਮੇਰੀ ਗੱਲ ਪੱਲੇ ਕੱਖ ਨਹੀਂ ਬਾਬਾ ਨਾਨਕ ਤੋਲ ਗਿਆ ਤੇਰਾ 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 ਇਹ ਕਹਿੰਦੇ ਮੇਰਾ 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 ਉਹ ਚੀਜ਼ ਛੱਡੀ ਹੈ ਇਹਨਾਂ ਦਾ ਉਹ ਹਾਲ ਹੈ ਬਿੱਲਾ ਪੀ ਗਿਆ ਜੱਟ ਦਾ ਦੁੱਧ ਤੇ ਪਲਾਕੀ ਮਾਰ ਕੇ ਕਿਸੇ ਗਰਭਵਤੀ ਮਹਿਲਾ ਨੂੰ ਨਹੀਂ ਕਿਸੇ 2 ਸਾਲ ਦੇ ਬੱਚੇ ਨੂੰ ਨਹੀਂ ਕਿਸੇ 90 ਸਾਲ ਦੇ ਬਜ਼ੁਰਗ ਨੂੰ ਨਹੀਂ ਕਿਸੇ ਔਰਤ ਨੂੰ ਨਹੀਂ ਜਿਨ੍ਹਾਂ ਨੇ ਕੀਤਾ ਕਰਦਾ ਕੋਈ ਅਤੇ ਮਰਦਾ ਕੋਈ ਉਹ ਬਹੁਤ ਜ਼ਰੂਰੀ ਹੈ ਉਹ ਦੇਖਣਾ ਬਹੁਤ ਜ਼ਰੂਰੀ ਹੈ ਉਹ ਕਰਨਾ ਬਹੁਤ ਜ਼ਰੂਰੀ ਹੈ ਉਹ ਇਨਸਾਫ ਬਹੁਤ ਜ਼ਰੂਰੀ ਹੈ ਜੋ ਭਰਾ ਨਹੀਂ ਹੈ ਭਾਵੋਂ ਸੇ ਬਹਿਤੀ ਜਿਸਮੇ ਰਸਤਾਰ ਨਹੀਂ ਵੋ ਹਿਰਦੇ ਨਹੀਂ ਹੈ ਪੱਥਰ ਹੈ ਜਿਸਮੇ ਸਵਦੇਸ਼ ਕਾ ਪਿਆਰ ਨਹੀਂ ਜਿਸਮੇ ਸਵਦੇਸ਼ ਕਾ ਪਿਆਰ ਜਿਹੜਾ ਆਪਣੀ ਦੇਸ਼ ਆਪਣੀ ਕੌਮ ਦੇ ਵਾਸਤੇ ਨਾ ਖੜਾ ਹੋ ਸਕੇ ਉਹ ਕਾਹਦਾ ਰਿਹਾ